ਗੱਲਬਾਤ ਕਰਾਂਗੇ। ਵੀਰ ਜੀ ਸਭ ਤੋਂ ਪਹਿਲਾਂ ਜੀ ਆਇਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਨਾਲ ਸਾਂਝਾ ਪੰਜਾਬ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। 2007 ਤੋਂ ਸਾਂਝਾ ਪੰਜਾਬ ਆਪਾਂ ਸ਼ੁਰੂ ਕੀਤਾ ਸੀ ਫਰਮ ਡੇ 1, ਤੁਸੀਂ ਸਾਂਝਾ ਪੰਜਾਬ ਦੇ ਨਾਲ ਸਾਡੇ ਸਾਥ ਦੇ ਰਹੇ ਹੋ, ਥੈਂਕ ਯੂ ਸੋ ਮਚ। ਬਿਲਕੁਲ, ਥੈਂਕ ਯੂ ਤੁਹਾਡਾ ਜੀ, ਤੁਹਾਡੇ ਇੰਨੀ ਸਾਨੂੰ ਪ੍ਰਮੋਟ ਕਰਨ ਦੇ ਨਾਲ ਅਸੀਂ ਇੱਥੇ ਤੱਕ ਪੁੱਜੇ ਹਾਂ। ਸੋ ਇਹ ਅਸੀਂ ਤੁਹਾਡਾ ਐਪਰੀਸ਼ੀਏਟ, ਥੈਂਕ ਯੂ ਕਰਦੇ ਹਾਂ ਕਿ ਉਹਦੇ ਸਦਕਾ ਹੀ ਜਿਹੜਾ ਅਸੀਂ ਅੱਜ ਜਿਹੜੇ ਕਮਿਊਨਿਟੀ ਦੇ ਨਾਲ ਜਾਣੂ ਹੈਗੇ ਹਾਂ, ਸਾਨੂੰ ਕਮਿਊਨਿਟੀ ਪਛਾਣਦੀ ਆ ਕਿ ਤੁਸੀਂ ਸਾਂਝਾ ਪੰਜਾਬ ਤੇ ਆਉਂਦੇ ਹੋ। ਸੋ ਇਹ ਤੁਹਾਡੇ ਸਦਕਾ ਹੀ ਸਾਰਾ ਕੁਝ ਹੋ ਰਿਹਾ। ਸੋ ਅਗੇਨ ਥੈਂਕ ਯੂ ਤੁਹਾਡਾ ਜੀ। ਮਾਲਕ ਦਾ ਜੋ ਹੁਕਮ ਹੈ ਉਹੀ ਹੋਣਾ। ਵਾਹਿਗੁਰੂ ਦਾ ਸ਼ੁਕਰ ਚਾਹੀਦਾ ਜੀ ਸਾਰਿਆਂ ਦੇ ਉੱਤੇ, ਤਾਂ ਹੀ ਫਿਰ ਕੰਮ ਤੁਹਾਡੇ ਚੱਲਦੇ ਆ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਜੇ ਸਾਡੀ ਸਿਹਤ ਵੀ ਠੀਕ ਆ ਅਸੀਂ ਤਾਂ ਕਰ ਸਕਦੇ ਹਾਂ, ਜੇ ਸਾਡੀ ਸਿਹਤ ਹੀ ਨਹੀਂ ਠੀਕ ਫਿਰ ਅਸੀਂ ਗਾਹ ਨੂੰ ਨਹੀਂ ਵੱਧ ਸਕਦੇ। ਦੋਨਾਂ ਚੀਜ਼ਾਂ ਦਾ ਸਮੇਲ ਚੱਲਦਾ ਆ। ਬਹੁਤ ਸਾਰੇ ਲੋਕਾਂ ਦੇ ਭਾਰ ਵੱਧਦਾ ਜਾ ਰਿਹਾ, ਭਾਰ ਵਧਣ ਦੇ ਨਾਲ ਆਪਣੀ ਬਾਡੀ ਜਿਹੜੀ ਹੈ ਉਸ ਦੇ ਉੱਤੇ ਕੀ ਇਫੈਕਟ ਕਰਦਾ ਹੈ? ਬਿਲਕੁਲ, ਭਾਰ ਵਧਣ ਦੇ ਨਾਲ ਪਹਿਲੇ ਨੰਬਰ 'ਤੇ ਤਾਂ ਇਹ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਜਸਟ ਇੱਕ ਹੈਵੀ ਸਾਡਾ ਵੇਟ ਹੋ ਗਿਆ, ਸਾਡੀ ਜਿਹੜੀ ਆ ਆਊਟਰ ਬਿਊਟੀ ਉਹ ਖਰਾਬ ਹੋਈ ਆ। ਇਹਦੇ 'ਚ ਮੈਂ ਕਹਿ ਸਕਦੀ ਕਿ ਆਊਟਰ ਬਿਊਟੀ ਖਰਾਬ ਨਹੀਂ ਹੁੰਦੀ, ਉਹਦੇ ਨਾਲ ਸਾਡੀ ਇਨਸਾਈਡ ਜ਼ਿਆਦਾ ਜਿਹੜੀ ਡੈਮੇਜ ਹੋ ਰਹੀ ਆ। ਉਹਦੇ ਨਾਲ ਕੀ ਹੁੰਦਾ ਕਿ ਸਾਡੀ ਬਾਡੀ ਦੇ ਜਿਹੜੇ ਇੰਸਟਾਈਨ ਜਿਹੜੀਆਂ ਕੰਮ ਕਰਦੀਆਂ ਔਰ ਉਹ ਸਲੋ ਮੋਸ਼ਨ 'ਚ ਹੁੰਦੀਆਂ, ਸਾਡਾ ਲਿਵਰ ਬਹੁਤ ਫੈਟੀ ਹੁੰਦਾ ਔਰ ਉਹ ਸਾਡੀ ਜਿਹੜੀ ਡਿਜੈਸ਼ਨ ਸਿਸਟਮ ਦੇ ਉੱਤੇ ਵੀ ਉਹਦਾ ਬਹੁਤ ਪ੍ਰਭਾਵ ਪੈਂਦਾ। ਜਿਹੜਾ ਸਾਡਾ ਖਾਣਾ ਪਚਦਾ, ਜੇ ਅਸੀਂ ਹੈਵੀ ਖਾਣਾ ਖਾ ਲਿਆ ਸਾਰਾ ਦਿਨ, ਅਸੀਂ ਕਹਿੰਦੇ ਕਿ ਸਾਨੂੰ ਗੈਸ ਐਸਿਡਿਟੀ ਹੋ ਗਈ, ਇਹ ਹੋ ਗਿਆ, ਉਹ ਸਾਡਾ ਵੇਟ ਗੇਨ ਹੋਣ ਦੇ ਨਾਲ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਤੇ ਸ਼ੂਗਰ, ਇਹ ਤਿੰਨੋਂ ਇਕੱਠੇ ਭੈਣ ਭਰਾ ਦੀ ਤਰ੍ਹਾਂ ਹੈਗੇ। ਜੇ ਇੱਕ ਪ੍ਰੋਬਲਮ ਕਿਸੇ ਨੂੰ ਵੇਟ ਗੇਨ ਨਾ ਆਉਂਦੀ ਤੇ ਐਬਸੋਲਿਊਟਲੀ ਦੂਜੀ ਵੀ ਨਾਲ ਹੋ ਜਾਂਦੀ ਆ। ਮੈਂ ਕਹਿੰਦੀ ਕਿ ਬਾਹਰੋਂ ਬਿਊਟੀ ਨੂੰ ਨਹੀਂ ਦੇਖਣਾ, ਅੰਦਰੋਂ ਆਪਣੀ ਬਾਡੀ ਨੂੰ ਕਲੀਨ ਕਰਨਾ, ਗੱਟ ਨੂੰ ਕਲੀਨ ਕਰਨਾ, ਇੰਸਟਾਈਨ ਨੂੰ ਕਲੀਨ ਕਰਨਾ ਸਾਡੀ ਜ਼ਿੰਮੇਵਾਰੀ ਹੁੰਦੀ, ਜਿਹੜੀ ਕਿ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਆਪਣੇ ਡਿਜੈਸ਼ਨ ਸਿਸਟਮ ਨੂੰ ਨਾਲ ਨਾਲ ਆਪਣੇ ਇਮਿਊਨ ਸਿਸਟਮ ਨੂੰ ਅਤੇ ਨਾਲ ਨਾਲ ਜਿਹੜੀਆਂ ਹੋਰ ਤੁਹਾਡੇ ਇਸ਼ੂਜ਼ ਹੈਗੇ ਆ ਉਹਨਾਂ ਤੋਂ ਤੁਸੀਂ ਕਿੱਦਾਂ ਬਾਹਰ ਨਿਕਲਣਾ, ਅਸੀਂ ਆਪਣੀ ਬਾਡੀ ਨੂੰ ਡੀਟੌਕਸ ਕਰੀਏ। ਡੀਟੌਕਸ ਜ਼ਰੂਰੀ ਨਹੀਂ ਕਿ ਤੁਸੀਂ ਪ੍ਰੋਡਕਟਾਂ ਦੇ ਸਹਾਰੇ ਨਾਲ ਕਰਨਾ, ਤੁਸੀਂ ਘਰ 'ਚੋਂ ਆਪਣੀ ਕਿਚਨ ਦੇ ਦੁਆਰਾ ਵੀ ਕਰ ਸਕਦੇ ਹਾਂ। ਕਿਚਨ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਧਿਆਨ ਹੀ ਨਹੀਂ ਦਿੰਦੇ। ਸੋ ਇਸ ਕਰਕੇ ਵੇਟ ਲੌਸ ਬਾਹਰੋਂ ਨਹੀਂ, ਸਾਨੂੰ ਅੰਦਰੋਂ ਵੀ ਉਨਾ ਹੀ ਬਾਡੀ ਦਾ ਧਿਆਨ ਰੱਖਣਾ ਹੁੰਦਾ ਜਿੰਨਾ ਅਸੀਂ ਬਾਹਰੋਂ ਰੱਖਦੇ ਹੈਗੇ ਹਾਂ। ਬਲਵੀਰ ਕੌਰ ਲੇਲ ਦਾ ਨੰਬਰ ਹੈ 4006124 ਕਾਲ ਕਰ ਸਕਦੇ ਹੋ। ਬਲਵੀਰ, ਹੁੰਦਾ ਕੀ ਹੈ ਕਿ ਜਦੋਂ ਆਪ ਗਰੋਸਰੀ ਕਰਕੇ ਆਉਂਦੇ ਨਾ, ਬਿਲਕੁਲ ਸਾਡੇ ਹੱਥ ਵਿੱਚ ਦੋ ਬੈਗ ਹੁਣ ਜੇ ਗਰੋਸਰੀ ਦੇ, ਉਹ ਸਾਨੂੰ ਭਾਰੇ ਲੱਗਦੇ। ਰਾਈਟ, ਤੁਸੀਂ ਠੀਕ ਬਿਲਕੁਲ ਕਹਿੰਦੇ ਹੋ। ਅਸੀਂ ਹੁਣ ਆਪਣੀ ਬਾਡੀ ਦੇ ਨਾਲ ਇੰਨਾ ਭਾਰ, ਕਈ ਮੈਂ ਲੋਕ ਦੇਖਦਾ ਹੁੰਦਾ ਵੀ ਕਿੰਨਾ ਭਾਰ ਵਧਿਆ ਹੋਇਆ। ਬਿਲਕੁਲ ਹਾਂਜੀ, ਮੈਂ ਕਹਿੰਦੀ ਹਾਂ ਕਿ ਉਹ ਇੱਕ ਸਾਰੀਆਂ ਦੇਖੋ, ਕਈ ਵਾਰੀ ਤਾਂ ਲੋਕਾਂ ਨੂੰ ਹੈਲਥ ਇਸ਼ੂਜ਼ ਵੀ ਹੋ ਜਾਂਦੇ ਆ, ਉਹਦੇ ਨਾਲ ਵੀ ਵੇਟ ਗੇਨ ਹੋਣ ਦਾ ਕਾਰਨ ਹੁੰਦਾ। ਪਰ ਕਈ ਵਾਰੀ ਸਾਡੀਆਂ ਜਿਹੜੀਆਂ ਆਦਤਾਂ ਉਹ ਵੀ ਇੰਨੀਆਂ ਖਰਾਬ, ਸਾਡਾ ਸਕੇਜੂਲ ਇੰਨਾ ਖਰਾਬ, ਸਾਨੂੰ 6 ਵਜੇ 7 ਵਜੇ 8 ਵਜੇ ਵੀ ਜਾਗ ਆਉਂਦੀ, ਅਸੀਂ ਘੇਸਲ ਮਾਰ ਕੇ ਸੌਂਦੇ ਹਾਂ, ਕਿਉਂ ਨਹੀਂ ਅਸੀਂ ਆਪਣੀ ਬਾਡੀ ਨੂੰ 30 ਮਿੰਟ ਐਕਟੀਵਿਟੀ ਇਨ ਦੀ ਮਾਰਨਿੰਗ ਦਿੰਦੇ ਅਤੇ ਆਪਣੇ ਸਕੇਜੂਲ ਨੂੰ 7 ਤੋਂ ਲੈ ਕੇ ਰਾਤ 7 ਵਜੇ ਤੱਕ ਜਿਹੜਾ ਸਕੇਜੂਲ ਦੀ ਤਰ੍ਹਾਂ ਖਾਣਿਆਂ ਦੀ ਚੋਣ ਨੂੰ ਕਰਦੇ ਹੋਏ ਅਤੇ ਨਾਲ ਨਾਲ ਟਾਈਮਿੰਗ ਨੂੰ ਉਹਨਾਂ ਦੇ ਵਿੱਚ ਪਾਉਂਦੇ ਹੋਏ ਕਰੀਏ ਤਾਂ ਸਾਡਾ ਵੇਟ ਗੇਨ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਹਾਂ, ਨਹੀਂ ਅੱਜ ਸੈਟਰਡੇ ਆ, ਅਸੀਂ ਸੰਡੇ ਸ਼ੁਰੂ ਕਰਾਂਗੇ, ਸੰਡੇ ਦੀ ਬਜਾਏ ਨੈਕਸਟ ਈਅਰ, ਜਦੋਂ ਈਅਰ ਆਉਂਦਾ ਤਾਂ ਸਾਡਾ ਵੇਟ 20 ਪਾਉਂਡ ਸਕੇਲ 'ਤੇ ਗੇਨ ਹੁੰਦਾ। ਇਹ ਕਹਿ ਕਿ ਲੇਜ਼ੀਨੈਸ ਹੈਗੀ ਆ। ਸੋ ਸਾਡੇ ਲਾਈਫ ਸਟਾਈਲ ਨੂੰ, ਸਾਡੀ ਐਨਰਜੀ ਨੂੰ, ਮੇਨ ਜਿਹੜਾ ਅਸੀਂ ਉਹਨੂੰ ਮੁੱਖ, ਉਹਨੂੰ ਐਕਟਿਵ ਰੱਖਣਾ ਅਤੇ ਨਾਲ ਨਾਲ ਫਿਟਨੈਸ ਨੂੰ ਮੋਹਰੇ ਰੱਖਣਾ ਅਤੇ ਲਾਈਫ ਸਟਾਈਲ ਦਾ ਚੇਂਜ ਕਰਨਾ ਬਹੁਤ ਜ਼ਰੂਰੀ ਹੁੰਦਾ ਅਤੇ ਐਕਸਰਸਾਈਜ਼ ਵੀ ਹੈਲਪ ਕਰਦੀ ਆ। ਪ੍ਰੋਡਕਟ ਕਹਿੰਦੇ 20% ਕੰਮ ਕਰਦਾ, 80% ਸਾਡੀਆਂ ਆਦਤਾਂ ਅਤੇ ਸਾਡੀ ਡਾਇਟ ਦਾ ਮੇਨ ਰੋਲ ਹੁੰਦਾ। ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖੋਗੇ ਤਾਂ ਇਹ ਜਿਹੜਾ ਅਸੀਂ ਵੇਟ ਨੂੰ ਮੇਨਟੇਨ ਅਤੇ ਲੂਜ਼ ਵੀ ਕਰ ਸਕਦੇ ਹੈਗੇ। ਹੁਣ ਤੁਸੀਂ ਪ੍ਰੋਡਕਟ ਦੀ ਗੱਲ ਕੀਤੀ, ਤੁਹਾਡੇ ਕੋਲ ਕਿਹੜੇ ਪ੍ਰੋਡਕਟ ਨੇ ਜਿਨ੍ਹਾਂ ਦੇ ਨਾਲ ਨੈਚੁਰਲ ਤਰੀਕੇ ਨਾਲ ਭਾਰ ਘਟਾ ਜਾ ਸਕਦਾ? ਬਿਲਕੁਲ, ਜਿਵੇਂ ਹੁਣ ਮਾਰਨਿੰਗ ਦੇ ਵਿੱਚ ਆਮ ਲੋਕਾਂ 'ਚ ਆਪਣੇ ਬੋਡੀ ਇਹ ਹੈਗਾ ਕਿ ਲੋਕ ਪਰੌਂਠਾ ਖਾ ਲਿਆ, ਰੋਟੀ ਖਾ ਲਈ, ਸੀਰੀਅਲ ਖਾ ਲਏ, ਉਹ ਹੈ ਤਾਂ ਸਾਰੇ ਕਾਰਬੋਹਾਈਡਰੇਟਸ, ਰਾਈਟ? ਸੋ ਅਸੀਂ ਮਾਰਨਿੰਗ ਦੇ ਵਿੱਚ ਇੱਕ ਹੈਲਥੀ ਸਮੂਦੀ ਲਈਏ, ਪ੍ਰੋਡਕਟ ਨੂੰ ਨਹੀਂ ਵੀ ਯੂਜ਼ ਕਰਨਾ, ਉਹ ਸਾਡੇ ਨਾਲ ਸਲਾਹ ਮਸ਼ਵਰਾ ਕਰਨ, ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਸਮੂਦੀ ਕਿਹੜੇ ਚੀਜ਼ਾਂ ਪਾ ਕੇ ਅਸੀਂ ਸਮੂਦੀ ਬਣਾਉਣੀ ਜਿਹਦੇ ਨਾਲ ਉਹ ਸਪਲੀਮੈਂਟ ਦਾ ਸਹਾਰਾ 25% ਤੱਕ ਲੈ ਸਕਦੇ ਆ। ਉਸ ਤੋਂ ਬਾਅਦ ਜਿਹੜੀ ਗ੍ਰੀਨ ਟੀ ਆ, ਹਰਬਲ ਟੀ ਆ, ਉਹਦੇ ਨਾਲ ਸਾਡੀ ਬਾਡੀ ਦੀਆਂ ਕੈਲਰੀਜ਼ ਬਹੁਤ ਬਰਨ ਹੁੰਦੀਆਂ ਅਤੇ ਨਾਲ ਨਾਲ ਸਕਿਨ 'ਤੇ ਬਹੁਤ ਚਮਕਾ ਆਉਂਦਾ। ਸੋ ਇਸ ਤਰੀਕੇ ਦੇ ਨਾਲ ਸ਼ੁਰੂਆਤ ਕਰਨ, ਵਿਦ ਇਨ 1 ਮੰਥ ਉਹਨਾਂ ਨੂੰ ਕੋਈ ਫਾਇਦਾ, ਕੋਈ ਮੋਹਰੇ ਰਿਜ਼ਲਟ ਆਉਂਦਾ ਦਿਖਦਾ, ਫਿਰ ਉਹ ਪ੍ਰੋਡਕਟ ਨੂੰ ਹੋਰ ਵੀ ਐਡਅਪ ਕਰ ਸਕਦੇ। ਨੈਚੁਰਲ ਤਰੀਕੇ ਨਾਲ ਵੀ ਅਸੀਂ ਗਾਈਡ ਕਰਦੇ ਹਾਂ। ਇੰਨਾ ਐਕਸਪਲੇਨ ਕਰਨਾ ਸਾਡੇ ਔਖਾ ਹੁੰਦਾ ਕਿ ਅਸੀਂ ਟੀ ਵੀ 'ਤੇ ਉਹਨਾਂ ਨੂੰ ਦੱਸੀਏ, ਸਾਨੂੰ ਕਾਲ ਕਰਨ, ਅਸੀਂ ਉਹਨਾਂ ਨੂੰ ਪੂਰਾ ਗਾਈਡ ਕਰਾਂਗੇ। ਤੁਸੀਂ ਘਰ ਦੀ ਨੈਚੁਰਲ ਆਪਣੀ ਜਿਹੜੀ ਆ ਰੈਮਡੀ ਦੇ ਨਾਲ, ਕਿਚਨ ਦੇ ਵਿੱਚੋਂ ਹੀ ਡੀਟੌਕਸ ਜਾਂ ਹੋਰ ਚੀਜ਼ਾਂ ਦੁਆਰਾ ਅਸੀਂ ਭਾਰ ਨੂੰ ਕਿਵੇਂ ਜਿਹੜਾ ਕਾਬੂ ਰੱਖ ਸਕਦੇ ਹੈਗੇ ਹਾਂ। ਕੀ ਵੀ ਹੁੰਦਾ ਜੀ ਆਪਣੇ ਬਲਵੀਰ ਜੀ, ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਕੈਨੇਡਾ ਤੋਂ ਬਾਹਰ ਜਾਂ
ਜਦੋਂ ਦੂਸਰੇ ਸੂਬੇ 'ਚ ਰਹਿੰਦੇ ਆ ਕੀ ਉਹ ਕੋਈ ਵੀਡੀਓ ਕਾਲ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ? ਬਿਲਕੁਲ, ਜਿਵੇਂ ਹੁਣ 2007 ਤੋਂ ਲੈ ਕੇ ਹੁਣ ਤੱਕ ਮੈਂ ਸਾਰੇ ਹੀ ਦਰਸ਼ਕਾਂ ਨੂੰ ਵਰਲਡ ਵਾਈਡ ਜਿਵੇਂ ਸੇਵਾਵਾਂ ਦਿੰਦੀ ਹਾਂ, ਮੇਰੀਆਂ ਭੈਣਾਂ ਵੀਡੀਓ ਕਾਲ ਕਰਕੇ ਆਪਣਾ ਜਿਹੜਾ ਵੇਟ ਦੱਸਦੀਆਂ ਕਿ ਅਸੀਂ ਬਾਹਾਂ ਤੋਂ ਘਟਾਉਣਾ ਜਾਂ ਸਾਡੀ ਆਲ ਓਵਰ ਬਾਡੀ ਤੋਂ ਹੈਗਾ ਜਾਂ ਜਸਟ ਮੈਂ ਆਪਣਾ ਟੰਮੀ ਤੋਂ ਹੀ ਘੱਟ ਕਰਨਾ। ਸੋ ਸਾਰੀ ਬਾਡੀ ਨੂੰ ਉਹਨਾਂ ਨੂੰ ਮੈਂ ਆਪਣੀਆਂ ਭੈਣਾਂ ਨਾਲ ਸਲਾਹ ਮਸ਼ਵਰਾ ਕਰਕੇ ਵੀਡੀਓ ਕਾਲ 'ਤੇ ਜਿੱਥੇ ਤੱਕ ਉਹਨਾਂ ਨੂੰ ਪ੍ਰੋਡਕਟ ਦੀ ਲੋੜ ਆ ਕਿ ਉਹਨਾਂ ਨੂੰ ਥੋੜ੍ਹੇ ਪ੍ਰੋਡਕਟ ਦੀ ਲੋੜ ਆ, ਬੇਸਿਕ ਪੈਕੇਜ ਦੀ ਲੋੜ ਆ, ਮੀਡੀਅਮ ਦੀ ਲੋੜ ਆ, ਐਡਵਾਂਸ ਦੀ, ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਉਹਨਾਂ ਦੀ ਜਗ੍ਹਾ 'ਤੇ ਪ੍ਰੋਡਕਟ ਫੈਡੈਕਸ ਦੁਆਰਾ ਐਬਸੋਲਿਊਟਲੀ ਫ੍ਰੀ ਡਿਲੀਵਰੀ ਕੀਤੀ ਜਾਂਦੀ ਆ ਜਿਹਦੀ ਕੋਈ ਕੋਸਟ ਨਹੀਂ ਹੈਗੀ। ਪਹਿਲੀ ਵਾਰੀ ਮੈਂ ਉਹਨਾਂ ਨੂੰ 1 ਤੋਂ 2 ਪ੍ਰੋਡਕਟ ਇੱਦਾਂ ਵੀ ਭੇਜ ਦਿੰਦੀ ਹਾਂ ਕਿ ਉਹਨਾਂ ਦੇ ਰਿਜ਼ਲਟ ਹੋਰ ਵੀ ਵਧੀਆ ਆਉਣ ਅਤੇ ਉਹ ਨੈਕਸਟ ਟਾਈਮ ਉਹਨਾਂ ਦਾ ਹੌਸਲਾ ਵਧੇ ਔਰ ਜਿਹੜਾ ਪ੍ਰੋਡਕਟ ਨੂੰ ਪ੍ਰੋਪਰ ਤਰੀਕੇ ਦੇ ਨਾਲ ਉਹ ਯੂਜ਼ ਕਰਕੇ ਆਪਣੀ ਪੂਰੀ ਜਿਹੜੀ ਸ਼ੇਪ ਦੇ ਵਿੱਚ ਉਹ ਆ ਸਕਦੇ ਹੁੰਦੇ ਹੈਗੇ ਆ। ਬਹੁਤ ਸਾਰੇ ਲੋਕਾਂ ਦੇ ਨਾ ਫੇਸ 'ਤੇ ਪ੍ਰੋਬਲਮ ਹੈ, ਕੀ ਤੁਹਾਡੇ ਕੋਲ ਕੋਈ ਸਕਿਨ ਕੇਅਰ ਦੇ ਪ੍ਰੋਡਕਟ ਵੀ ਹੈ? ਬਿਲਕੁਲ ਜੀ, ਇੱਕ ਤਾਂ ਕਹਿ ਦਈਏ ਇਨਰ ਬਿਊਟੀ, ਇੱਕ ਆਊਟਰ ਬਿਊਟੀ। ਆਊਟਰ ਬਿਊਟੀ ਦੇ ਲਈ ਸਾਡੇ ਕੋਲ ਸਕਿਨ ਕੇਅਰ ਦੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜਿਵੇਂ ਮਾਰਨਿੰਗ ਦੇ ਵਿੱਚ ਜਾਂ ਨਾਈਟ ਦੇ ਵਿੱਚ ਲੇਡੀਜ਼ ਅਸੀਂ ਧਿਆਨ ਨਹੀਂ ਕਰਦੀਆਂ, ਕੰਮ ਦੇ ਵਿੱਚ ਰੁੱਝੀਆਂ ਹੈ ਬਿਲਕੁਲ ਹੀ, ਪਿਗਮੈਂਟੇਸ਼ਨ ਜਿਹੜੀਆਂ ਦਾਗ ਧੱਬੇ ਛਾਈਆਂ ਉਹਨਾਂ ਦੇ ਲਈ ਸਾਡੇ ਕੋਲ ਸਪੈਸ਼ਲ ਪ੍ਰੋਡਕਟ ਦੀਆਂ ਫੇਸ਼ੀਅਲਸ ਵੀ ਹੁੰਦੀਆਂ ਅਤੇ ਨਾਲ ਨਾਲ ਜਿਹੜੀ ਆ ਡੇਲੀ ਟੇਕ ਕੇਅਰ। ਸੋ ਅਸੀਂ ਸਾਨੂੰ ਸਲੋਨ 'ਤੇ ਜਾਣ ਦੀ ਇੰਨੀ ਲੋੜ ਨਹੀਂ ਹੁੰਦੀ, ਅਸੀਂ ਘਰ ਦੇ ਵਿੱਚ ਹੀ ਉਹਨਾਂ ਪ੍ਰੋਡਕਟਾਂ ਨੂੰ ਰੂਟੀਨ ਦੇ ਵਿੱਚ ਅਜ਼ਮਾ ਕੇ ਮਹੀਨੇ ਬਾਅਦ ਆਪਣੀ ਇੱਕ ਪਿਕਚਰ ਪਹਿਲੇ ਦਿਨ ਖਿੱਚ ਲਓ ਅਤੇ ਇੱਕ ਮਹੀਨੇ ਬਾਅਦ ਖਿੱਚੋ, ਤੁਹਾਨੂੰ ਅਲਾਟ ਬਹੁਤ ਸਾਰਾ ਡਿਫਰੈਂਸ ਜਿਹੜਾ ਮਹਿਸੂਸ ਹੋਵੇਗਾ। ਸੋ ਸਕਿਨ ਕੇਅਰ ਦੇ ਪ੍ਰੋਡਕਟ ਵੀ ਅਮੇਜ਼ਿੰਗ ਹੈਗੇ ਜਿਹਨਾਂ ਨਾਲ ਤੁਸੀਂ ਆਪਣੀ ਸਕਿਨ ਨੂੰ ਵੀ ਚਮਕਾ ਸਕਦੇ ਹੈਗੇ। ਤੁਹਾਡੇ ਨਾਲ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ? ਮੇਰੇ ਨਾਲ ਮੈਨੂੰ ਹਾਂਜੀ ਫੋਨ ਵੀ ਕਰ ਸਕਦੇ ਆ, ਫੇਸਬੁੱਕ 'ਤੇ ਮੇਰਾ ਬਲਬੀਰ ਲਹਿਲ ਦੇ ਨਾਂ ਨਾਲ ਜਾਣ ਸਕਦੇ, ਇੰਸਟਾਗ੍ਰਾਮ 'ਤੇ ਮੈਨੂੰ ਅਤੇ ਯੂਟਿਊਬ 'ਤੇ ਅਤੇ ਤੁਹਾਡੇ ਸਾਂਝਾ ਪੰਜਾਬ ਟੀਵੀ ਵਰਲਡ ਵਾਈਡ ਜਾਂਦਾ, ਰਾਈਟ? ਸੋ ਪਹਿਲ ਮੈਂ ਇਹਨੂੰ ਦਿੰਦੀ ਹਾਂ ਕਿ ਜਿਹੜੇ ਦਰਸ਼ਕ ਸਰੋਤੇ ਮੈਨੂੰ ਉਸਦੇ ਦੁਆਰਾ ਮੇਰਾ ਨੰਬਰ ਲੱਭ ਕੇ ਮੈਨੂੰ ਕਾਲ ਕਰਨ, ਮੈਂ ਉਹਨਾਂ ਨੂੰ ਰੈਸਪੀ ਦੇ ਨਾਲ ਸਕਿਨ ਕੇਅਰ ਦੇ ਲਈ, ਵੇਟ ਗੇਨ ਲਈ, ਵੇਟ ਮੇਨਟੇਨ ਲਈ, ਗੇਨ ਵੀ ਕਰਨਾ ਚਾਹੁੰਦੇ 10%, ਰਾਈਟ? ਸੋ ਸਾਰੀਆਂ ਹੀ ਸੇਵਾਵਾਂ ਦੇ ਲਈ ਮੈਂ ਉਹਨਾਂ ਲਈ ਹਾਜ਼ਰ ਹੁੰਦੀ ਹਾਂ, ਕਿਸੇ ਵੀ ਟਾਈਮ ਮੈਨੂੰ ਕਾਲ ਕਰਕੇ ਮੇਰੇ ਨਾਲ ਰਸਤਾ ਕਾਇਮ ਕਰ ਸਕਦੇ ਹੈਗੇ ਆ। ਅੱਛਾ, ਕਈ ਲੋਕ ਇੱਦਾਂ ਵੀ ਹੈਗੇ ਜਿਹੜੇ ਭਾਰ ਉਹਨਾਂ ਦਾ ਘੱਟ ਵਧਾਉਣਾ ਚਾਹੁੰਦੇ? ਬਿਲਕੁਲ ਜੀ, ਮੈਨੂੰ ਬਹੁਤ ਸਾਰੀਆਂ ਕਾਲ ਆਉਣੀਆਂ, 10% ਲੋਕੀ ਅੰਡਰ ਵੇਟ ਆ, ਉਹਨਾਂ ਦਾ ਡਿਜੈਸ਼ਨ ਨਹੀਂ ਚੰਗਾ, ਉਹ ਜੋ ਖਾਂਦੇ ਇੱਦਾਂ ਦਾ ਫੂਡ ਖਾਂਦੇ ਕਿ ਡਿਜੈਸ਼ਨ ਨਹੀਂ ਚੱਕਦਾ ਔਰ ਉਹਨਾਂ ਨੂੰ ਡਿਜੈਸ਼ਨ ਦੇ ਦੁਆਰਾ ਇੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਕਿ ਵੇਟ ਲੂਜ਼ ਕਰਨ ਲੱਗ ਪੈਂਦੇ, ਉਹਨੂੰ ਅਨਹੈਲਥੀ ਡਿਜੈਸ਼ਨ ਕਹਿੰਦੇ ਆ। ਸੋ ਉਹਨੂੰ ਬੈਟਰ ਕਰਨ ਦੇ ਲਈ ਸਾਡੇ ਕੋਲ ਪ੍ਰੋਡਕਟ ਹੈਗੇ, ਅਸੀਂ ਉਹਨਾਂ ਨੂੰ ਜਿਹੜੀ ਡਾਇਟ ਗਾਈਡ ਕਰਦੇ ਕਿ ਤੁਸੀਂ ਕਿੱਦਾਂ ਦੀ ਡਾਇਟ ਲਵੋ, ਕਿੰਨੀਆਂ ਕੈਲਰੀਜ਼ ਵਾਲੀ ਲਵੋ ਔਰ ਕਿੰਨਾ ਉਹਦੇ 'ਚ ਆਇਲ ਜਾਂ ਸ਼ੂਗਰ ਇੱਦਾਂ ਦੀਆਂ ਚੀਜ਼ਾਂ ਲਈ। ਗਾਈਡੈਂਸ ਦੇ ਨਾਲ ਹੀ ਉਹ ਆਪਣੇ ਵੇਟ ਨੂੰ ਗੇਨ ਵੀ ਕਰ ਸਕਦੇ ਜਿੱਥੋਂ ਤੱਕ ਉਹਨਾਂ ਦੀ ਬਾਡੀ ਨੂੰ ਚਾਹੀਦਾ ਹੈਗਾ।